ਲੋਕੀ ਸ਼ਰਾਬ ਕਿਉਂ ਪੀਂਦੇ ਆ? ਬੜਾ ਜਿਹੜੇ ਬੰਦੇ ਸ਼ਰਾਬ ਪੀਂਦੇ ਆ ਉਹ ਕਹਿੰਦੇ ਓਦਾਂ ਮੈਂ ਦੁਖੀ ਰਹਿਣਾ, ਸੋਚੀ ਜੇ ਜਾਂਦਾ, ਟੈਨਸ਼ਨ ਪਈ ਰਹਿੰਦੀ ਹੈ। ਕਈ ਤੇ ਚਾਅ ਚ ਲੱਗ ਗਏ, ਸ਼ੌਂਕ ਚ ਲੱਗ ਗਏ ਨਾ, ਕਈ ਤੇ ਬਸ ਵੇਖੋ ਵੇਖੀ ਲੱਗ ਗਏ। ਕਈ ਗਮ ਵਿੱਚ ਸੀ, ਕੋਈ ਪਰੇਸ਼ਾਨੀ ਸੀ, ਦੁਖੀ ਸਨ ਤੇ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ। ਉਹ ਕਹਿੰਦੇ ਜੇ ਪੀ ਲਵੇ ਤੇ ਬੰਦਾ ਬਸ ਮਸਤ ਜਿਹਾ ਹੋਇਆ ਪਿਆ ਰਹਿੰਦਾ, ਨੀਂਦ ਆ ਜਾਂਦੀ ਹੈ, ਉਦਾਂ ਤੂੰ ਸੋਚੀ ਜਾਂਦਾ। ਕਈ ਬੰਦੇ ਗਮ ਭੁਲਾਉਣ ਵਾਸਤੇ ਪੀਣ ਲੱਗ ਜਾਂਦੇ, ਆਪਣਾ ਦੁੱਖ ਭੁਲਾਉਣ ਵਾਸਤੇ ਵੀ ਕਈ ਬੰਦੇ ਪੀਣ ਲੱਗ ਜਾਂਦੇ। ਹੁਣ ਦੁੱਖ ਭੁਲਾਉਣ ਲਈ, ਗਮ ਭੁਲਾਉਣ ਲਈ ਬੜੇ ਪੀਂਦੇ ਆ ਤੇ ਪੀਣ ਵਾਲੇ ਦੱਸਦੇ ਆ, ਆਪਾਂ ਤੇ ਜ਼ਿੰਦਗੀ ਚ ਪੀ ਕੇ ਨਹੀਂ ਵੇਖੀ। ਕਹਿੰਦੇ ਆ ਵੀ ਜਿਹੜਾ ਬੰਦਾ ਪੀ ਲੈਂਦਾ ਉਹ ਦੋ ਚਾਰ ਘੰਟੇ ਉਹਨੂੰ ਭੁੱਲ ਜਾਂਦਾ ਸਾਰਾ ਕੁਛ, ਆਪੇ ਚ ਨਹੀਂ ਰਹਿੰਦਾ, ਭੁੱਲ ਜਾਂਦਾ, ਇਸ ਕਰਕੇ ਪੀਂਦਾ। ਪਰ ਜੇ ਹੁਣ ਬੰਦਾ ਸਮਝਦਾਰ ਹੋਵੇ, ਅਕਲ ਵਾਲਾ ਹੋਵੇ ਤੇ ਜ਼ਿੰਦਗੀ ਦੇ ਵਿੱਚ ਗਿਆਨ ਦਾ ਨਸ਼ਾ ਕਰੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਵਾਈਐ। ਸ਼ਰਾਬ ਕੱਢਣ ਵਾਸਤੇ ਕਹਿੰਦੇ ਭੱਠੀ ਚਾਹੀਦੀ ਹੁੰਦੀ ਹੈ, ਇੱਕ ਤੇ ਭੱਠੀ ਹੈ, ਦੂਜਾ ਕਹਿੰਦੇ ਉਹਦੇ ਵਿੱਚ ਸਮੈਲ ਆਵੇ, ਮਹੂਏ ਦੇ ਫੁੱਲ ਪਾ ਲੈਂਦੇ ਕਈ ਪੁਰਾਣੇ ਜਿਹੜੇ ਕੱਢਦੇ ਹੋਣਗੇ। ਤੀਜਾ ਕਹਿੰਦੇ ਸੱਕ ਚਾਹੀਦਾ ਹੁੰਦਾ ਹੈ, ਕਿੱਕਰ ਦਾ ਸੱਕ ਪਾ ਲੈਂਦੇ ਹੈ। ਤੇ ਚੌਥਾ ਕਹਿੰਦੇ ਉਹਦੇ ਤੇ ਪੋਚਾ ਫੇਰਦੇ ਹੈ, ਭੱਠੀ ਦੇ ਆਲੇ ਦੁਆਲੇ ਪੀਤੀ ਤੇ ਨਹੀਂ ਪਰ ਕੱਢਦੇ ਤੇ ਵੇਖੇ ਹੈ, ਐਂ ਪੋਚਾ ਜਾਂ ਫੇਰਦੇ, ਬੱਠਲ ਰੱਖ ਦਿੰਦੇ ਪਾਣੀ ਦਾ ਉੱਤੇ ਭਰ ਕੇ, ਪਾਣੀ ਬਦਲੀ ਜਾਂਦੇ ਹੈ, ਇਹ ਵੇਖਿਆ। ਮੈਂ ਢੱਡਰੀਆਂ, ਮੇਰਾ ਪਿੰਡ ਨੇੜੇ ਹੀ ਹੈ ਤੁਹਾਡੇ, ਬਾਹਲਾ ਦੂਰ ਤੇ ਹੈ, ਨਿੱਕੇ ਹੁੰਦਿਆਂ ਵੇਖਿਆ ਹੀ ਹੈ, ਬਚਪਨ ਚ ਆਪਣੇ ਘਰ ਹੀ ਕੱਢਣ ਵਾਲੇ ਵੇਖੇ ਸੀ, ਕਈ ਪਰਿਵਾਰ ਚ ਹੁੰਦੇ ਸਾਰੇ ਪੀਣ ਪਾਣ ਵਾਲੇ ਹੀ ਸੀ ਸਾਰੇ, ਸੋ ਕੱਢਦੇ ਵੇਖੇ ਹੈ। ਤੇ ਹੁਣ ਜਿਹੜੀ ਉਹ ਸ਼ਰਾਬ ਕੱਢਣ ਦਾ ਨੁਸਖਾ ਜਿਹੜਾ ਆ, ਸਾਡੇ ਗੁਰੂ ਜੀ ਜੇ ਸ਼ਰਾਬ ਕੱਢਦਿਆਂ ਨੂੰ ਵੇਖਦੇ ਆ ਤਾਂ ਉੱਥੋਂ ਵੀ ਗਿਆਨ ਦੀ ਗੱਲ ਕਰਦੇ। ਜੇ ਤੀਰਥਾਂ ਤੇ ਦੁਨੀਆਂ ਨੂੰ ਜਾਂਦਿਆਂ ਵੇਖਦੇ, ਕਹਿੰਦੇ ਤੀਰਥ ਗਿਆਨ ਹੈ ਭਾਈ, ਗੁਰ ਗਿਆਨ ਸਾਚਾ ਥਾਨ ਤੀਰਥ, ਤੀਰਥ ਵੀ ਗਿਆਨ ਹੈ। ਜੇ ਲੋਕਾਂ ਨੂੰ ਮਰਨ ਤੋਂ ਬਾਅਦ ਫੁੱਲ ਫਲ ਪਾਉਂਦੇ ਵੇਖਦੇ ਹੈ, ਵੱਡਾ ਸਾਰਾ ਪੈਬਾਣ ਸਜਾਈ ਲਿਆਂਦੇ ਵੇਖ ਲਿਓ, ਉੱਥੇ ਵੀ ਕਹਿੰਦੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਸਾਡਾ ਤੇ ਸਾਰਾ ਕੁਝ ਨਾ ਜਿਹੜਾ ਸਤਸੰਗ ਹੈ, ਸਤਸੰਗ ਸਤਸੰਗ ਮਤਲਬ ਏਦਾਂ ਹੀ ਦੀਵਾਨ ਨੂੰ ਸਤਸੰਗ ਨਹੀਂ, ਸੱਚ ਦੀ ਸੰਗਤ ਕਰਦੇ ਹਾਂ, ਅਕਲ ਲੈਂਦੇ ਹਾਂ, ਸਮਝ ਲੈਂਦੇ ਹਾਂ, ਸਾਡਾ ਫੁੱਲ ਵੀ ਉਹੀ, ਦੀਵੇ ਵੀ ਉਹੀ, ਕਿਰਿਆ ਦੀਵਾ ਫੁੱਲ ਸਾਰਾ ਕੁਝ ਸਾਡਾ ਤੇ ਸਤਸੰਗ ਹੈ, ਭਾਵ ਕਿ ਅਸੀਂ ਅਕਲ ਲੈਣ ਵਾਲੇ ਬੰਦੇ ਹਾਂ, ਸਮਝ ਲੈ ਕੇ ਜ਼ਿੰਦਗੀ ਜਿਉਂਦੇ ਹਾਂ, ਸਾਡਾ ਸਾਰਾ ਕੁਝ ਤੀਰਥ ਵੀ ਸਾਡਾ ਸਤਸੰਗ ਹੈ, ਸਾਰਾ ਕੁਝ ਸਤਸੰਗਤ ਸਰੋਵਰ ਵਿੱਚ ਮੈਲ ਲੈ ਜਾਂਦੀ ਹੈ, ਆਪਣੇ ਆਪ ਨੀ ਮੈਲ ਲਹਾਉਂਦੇ ਆ, ਗਲਤੀਆਂ ਸੁਧਾਰੀ ਜਾਂਦੇ ਆ, ਬਸ ਐਂ ਕਹਿ ਲਓ ਮੈਲ ਲਾਉਣੀ ਕੀ ਹੋਈ ਵੀ ਆਪਣੀਆਂ ਗਲਤੀਆਂ ਨੂੰ ਸੁਧਾਰੀ ਜਾਂਦੇ ਆ, ਮੈਲ ਦਿੱਤੀ ਜਾਂਦੀ, ਜਿਹੜੀ ਜਿਹੜੀ ਗਲਤੀ ਹੈ ਮੇਰੀ ਉਹ ਮੇਰੀ ਮੈਲ ਹੈ, ਤੇ ਮੈਂ ਆਪਣੇ ਔਗਣ ਛੱਡੀ ਜਾਂਦਾ, ਮੇਰੀ ਮੈਲ ਲੱਥੀ ਜਾਂਦੀ, ਮੈਂ ਸਮਝ ਸਮਝ ਕੇ ਗਿਆਨ ਲੈ ਕੇ ਮੈਲ ਆਪਦੀ ਛੱਡੀ ਜਾਂਦਾ, ਔਗਣ ਛੱਡੀ ਜਾਂਦਾ, ਗਲਤੀਆਂ ਛੱਡੀ ਜਾਂਦਾ, ਮਤਲਬ ਮੇਰਾ ਨਹਾਉਣ ਹੋਈ ਜਾਂਦਾ, ਇਹ ਨਹਾਉਣਾ। ਹੁਣ ਉਹਨਾਂ ਨੇ ਸਾਰਾ ਕੁਝ ਹੀ ਗਿਆਨ ਕਹਿੰਦੇ, ਵੀ ਭਾਈ ਤੀਰਥ ਵੀ ਗਿਆਨ, ਜੇ ਫੁੱਲਾਂ ਦੀ ਗੱਲ ਕੀਤੀ ਤਾਂ ਵੀ ਗਿਆਨ, ਦੀਵੇ ਜਗਾਉਣ ਦੀ ਗੱਲ ਕੀਤੀ ਉਹ ਕਹਿੰਦੇ ਤਾਂ ਵੀ ਗਿਆਨ ਹੀ, ਨਾਮ ਤੇਰੇ ਕੀ ਜੋਤ ਜਗਾਈ, ਜੋਤ ਲਗਾਈ ਸਾਡਾ ਇਹ ਵੀ ਗਿਆਨ ਹੀ, ਫੁੱਲ ਪਾਉਣੇ ਇਹ ਵੀ ਗਿਆਨ ਹੀ, ਹਰ ਹਰ ਪ੍ਰਭ ਮੇਰੇ ਬਾਬਲਾ ਮੈਂ ਦੇਵੋ ਦਾਨ ਮੈਂ ਦਾਜੋ, ਜੇ ਦਾਨ ਦਾਜ ਦੀ ਗੱਲ ਕੀਤੀ ਕਹਿੰਦੇ ਸਾਨੂੰ ਇਹ ਵੀ ਗਿਆਨ ਹੀ ਚਾਹੀਦਾ, ਪਰ ਹਰ ਪਾਸੇ ਗਿਆਨ 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 ਗਿਆਨ। ਉਹਨਾਂ ਨੇ ਜੋ ਵੀ ਵੇਖਿਆ ਉਹਦੇ ਵਿੱਚੋਂ ਸਾਨੂੰ ਗਿਆਨ ਲੈਣ ਦੀ ਗੱਲ ਕੀਤੀ, ਸਮਝ ਲੈਣ ਦੀ ਗੱਲ ਕੀਤੀ, ਅਕਲ ਲੈਣ ਦੀ ਗੱਲ ਕੀਤੀ, ਦਿਮਾਗ ਖੋਲਣ ਦੀ ਗੱਲ ਕੀਤੀ,
ਤੇ ਜਦੋਂ ਆਈ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸ਼ਰਾਬ ਪੀਂਦੇ ਵੇਖੇ ਬੰਦੇ ਵੀ ਸ਼ਰਾਬ ਪੀਂਦੇ ਆ ਤੇ ਉੱਥੇ ਗੁਰੂ ਜੀ ਗੱਲ ਕਰਦੇ ਐ ਜਦੋਂ ਸ਼ਰਾਬ ਵਾਲਿਆਂ ਨੂੰ ਵੇਖਿਆ ਉੱਥੇ ਵੀ ਗਿਆਨ ਦੀ ਗੱਲ ਹੀ ਕਰਦੇ ਵੀ ਕਹਿੰਦੇ ਜਿਹੜੇ ਬੰਦੇ ਸ਼ਰਾਬ ਦਾ ਨਸ਼ਾ ਕਰੀ ਬੈਠੇ ਜੇ ਗਿਆਨ ਦਾ ਕਰ ਲੈਣ ਫਿਰ ਉਹ ਤਰੀਕਾ ਦੱਸਦੇ ਆ ਵੀ ਗਿਆਨ ਦਾ ਗੁੜ ਬਣਾ ਭਾਈ ਜਦੋਂ ਤੂੰ ਗਿਆਨ ਲੈ ਰਿਹਾ ਤੇ ਗੁੜ ਗੁੜ ਹੋ ਗਿਆ ਗੁੜ ਕਰ ਗਿਆਨ ਫਿਰ ਜੋ ਸੁਣਿਆ ਉਹਦੇ ਚ ਧਿਆਨ ਰੱਖੀ ਵੀ ਕਿਹਾ ਕੀ ਗਿਆ ਗਿਆਨ ਚ ਧਿਆਨ ਰੱਖਣਾ ਧਿਆਨ ਕਰਤਾ ਵੈ ਫੁੱਲ ਪੈ ਗਏ ਫਿਰ ਜੋ ਸੁਣ ਲਿਆ ਧਿਆਨ ਨਾਲ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰ ਲੈ ਕਰ ਕਰਨੀ ਜਦੋਂ ਕਰਨੀ ਕਰੇਗਾ ਤੇ ਸੱਤ ਪੈ ਗਿਆ ਕਰ ਕਰਨੀ ਕਸ ਪਾਈ ਸਰੀਰ ਦਾ ਮੋਹ ਜਿਹਾ ਛੱਡ ਦੇ ਇਹਨੂੰ ਬਣਾ ਲੈ ਭੱਠੀ ਭਾਠੀ ਭਵਨ ਆ ਭਵਨ ਆ ਸਰੀਰ ਤੇਰਾ ਭੱਠੀ ਹੈ ਤੇ ਪੋਚਾ ਕਾਹਦਾ ਫੇਰਨਾ ਪ੍ਰੇਮ ਕਾ ਪੋਚਾ ਬਚਨਾਂ ਨਾਲ ਪਿਆਰ ਕਰੀ ਗੁਰੂ ਦੇ ਗਿਆਨ ਇੱਕ ਰਸ ਅਮੇ ਉਹ ਚੁਆਈ ਹੈ ਫਿਰ ਉਹ ਰਸ ਚੋਣ ਲੱਗਦਾ ਬੂੰਦ ਬੂੰਦ ਡਿੱਗਦੀ ਹੈ ਨਾ ਫਿਰ ਕਹਿੰਦੇ ਬੰਦਾ ਫਿਰ ਜਿਵੇਂ ਜਿਵੇਂ ਬੂੰਦ ਬੂੰਦ ਡਿੱਗੀ ਜਾਣੀ ਅੰਦਰ ਹੀ ਹੈ ਫਿਰ ਬੰਦਾ ਖਿੜੀ ਜਾਂਦਾ ਉਹ ਕਹਿੰਦੇ ਬਾਬਾ ਮਨ ਮਤਵਾਰੋ ਸ਼ਰਾਬ ਪੀਣ ਵਾਲੇ ਬਾਬੇ ਸੀ ਜਿਹੜੇ ਮਸਤ ਹੁੰਦੇ ਸੀ ਨਸ਼ਾ ਕਰਕੇ ਮਸਤੀ ਚੜ੍ਹਦੀ ਹੈ ਕਹਿੰਦੇ ਬਾਬਾ ਫਿਰ ਮਨ ਮਤਵਾਲਾ ਹੁੰਦਾ ਹੈ ਮਨ ਨਸ਼ੇ ਚ ਹੋ ਜਾਂਦਾ ਹੈ ਅਹਿਨਸ ਬੰਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਕਹਿੰਦੇ ਸ਼ਬਦ ਨਾਲ ਜੁੜ ਕੇ ਗਿਆਨ ਨਾਲ ਜੁੜ ਕੇ ਦਿਨ ਰਾਤ ਹੀ ਨਸ਼ਾ ਚੜਿਆ ਰਹਿੰਦਾ ਬਣੀ ਰਹਿੰਦੀ ਆਨੰਦ ਬੜਾ ਆਨੰਦ ਬਹੁਤ ਆਉਂਦਾ ਕਹਿੰਦੇ ਸਵਾਦ ਬਹੁਤ ਆਉਂਦਾ ਹੁਣ ਧਿਆਨ ਨਾਲ ਕਿਰਪਾ ਕਰਕੇ ਪਕੜਿਓ ਗੱਲ ਵੀ ਗਿਆਨ ਦਾ ਨਸ਼ਾ ਕਰਨਾ ਚਾਹੀਦਾ ਸਮਝਦਾ ਹਰ ਵੇਲੇ ਨਸ਼ਾ ਚੜਿਆ ਰਹਿੰਦਾ ਕਦੀ ਕਦੀ ਦੋ ਘੰਟੇ ਲਈ ਨਹੀਂ ਘੰਟੇ ਲਈ ਨਹੀਂ ਸਮਝਦਾ ਨਸ਼ਾ ਕਰਨਾ ਗਿਆਨ ਦਾ ਨਸ਼ਾ ਕਰਨਾ ਸਾਡੇ ਗੁਰੂ ਸਾਹਿਬ ਨੇ ਸ਼ਰਾਬ ਦੱਸੀ ਵੀ ਏਦਾਂ ਬਣਾਓ ਆਪਣੇ ਅੰਦਰ ਹੀ ਪੀ ਲਓ ਉਹਦੇ ਨਾਲ ਤੇ ਬੰਦਾ ਅੰਦਰ ਨਸ਼ਾ ਜਾਂਦਾ ਬਰਲ ਪਵੇ ਵਿੱਚ ਆਏ ਹੋ ਜਾਂਦਾ ਨਾ ਬੰਦੇ ਜਦੋਂ ਸ਼ਰਾਬ ਅੰਦਰ ਜਾਂਦੀ ਹੈ ਮੱਤ ਬਾਹਰ ਚਲੇ ਜਾਂਦੀ ਕਮਲਾ ਜਿਹਾ ਝੱਲਾ ਜਿਹਾ ਬਣ ਜਾਂਦਾ ਪਰ ਜਦੋਂ ਆਹ ਨਸ਼ਾ ਕਰਦਾ ਕਹਿੰਦੇ ਫਿਰ ਬੁੱਧੀਮਾਨ ਅਕਲ ਵਾਲਾ ਕੋਮਨ ਸੈਂਸ ਡਿਵੈਲਪ ਹੁੰਦੀ ਹੈ ਮੱਤ ਆ ਜਾਂਦਾ ਫਿਰ ਉਹ ਜਿਹੜਾ ਗਿਆਨ ਦਾ ਨਸ਼ਾ ਕਰਨ ਵਾਲਾ ਹੈ ਬਹੁਤ ਦਿਮਾਗੀ ਬਣ ਜਾਂਦਾ ਆਪਾਂ ਕਈ ਵਾਰੀ ਕਹਿੰਦੇ ਨੀ ਫਲਾਣਾ ਬੰਦਾ ਯਾਰ ਕਿੰਨਾ ਦਿਮਾਗੀ ਇਹਦਾ ਦਿਮਾਗ ਕਿੰਨਾ ਤੇਜ਼ ਹੈ ਕਿੰਨਾ ਤਿੱਖਾ ਹੈ ਬੋਲਣ ਦਿੰਦਾ ਕਿਸੇ ਕਿੰਨਾ ਦਿਮਾਗ ਤੇਜ਼ ਕੰਮ ਕਰਦਾ ਉਹ ਕਦੋਂ ਹੁੰਦਾ ਹੈ ਜਦੋਂ ਗਿਆਨ ਦਾ ਨਸ਼ਾ ਹੁਣ ਪਿਆਰਿਓ ਗਿਆਨ ਦਾ ਨਸ਼ਾ ਹੈ ਕਮਾਲ ਦਾ ਬਹੁਤ ਵਧੀਆ ਤੇ ਦੱਸਿਆ ਕਿਹਨੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਰਿਆ ਕਰੋ ਹੁਣ ਪੰਗਾ ਇਹ ਹੈ ਵੀ ਜੇ ਇੱਧਰਲਾ ਸ਼ੌਂਕ ਲੱਗੇ ਤੇ ਤਾਂ ਗਿਆਨ ਮਿਲੇ ਨਾ ਗਿਆਨ ਦਾ ਨਸ਼ਾ ਕਰੋਗੇ ਜਦੋਂ ਵੀਰੋ ਭਾਈ ਫਿਰ ਇੱਕ ਮਸਤੀ ਬਣੀ ਰਹਿਣੀ ਖੇੜਾ ਬਣਿਆ ਰਹਿਣਾ ਨਸ਼ਾ ਹੈ ਬਾਹਰ ਹੋਣਾ ਸਾਰਾ ਕੁਝ ਹੀ ਹੈ ਮੁਸ਼ਕਲਾਂ ਵੀ ਜ਼ਿੰਦਗੀ 'ਚ ਆਉਣੀਆਂ ਦੁੱਖ ਵੀ ਆਉਣੇ ਹੈ ਤਕਲੀਫਾਂ ਵੀ ਆਉਣੀਆਂ ਇਹ ਨਹੀਂ ਵੀ ਪ੍ਰੋਬਲਮ ਨਹੀਂ ਆਉਂਦੀ ਮੁੜ ਕੇ ਪ੍ਰੋਬਲਮਾਂ ਤੇ ਆਉਣੀਆਂ ਹੀ ਹੈ ਦੁਨੀਆਂ 'ਚ ਕੋਈ ਪੀਰ ਪੈਗੰਬਰ ਔਲੀਆ ਅਵਤਾਰ ਇਹੋ ਜਿਹਾ ਨਹੀਂ ਹੋਇਆ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ ਸਾਡੇ ਕਿੰਨੇ ਕੁ ਦੁੱਖ ਆਏ ਜਿੰਨੇ ਭਗਤਾਂ ਦੇ ਜਿਨ੍ਹਾਂ ਦੀ ਬਾਣੀ ਪੜ੍ਹਦੇ ਜਿੰਨੀਆਂ ਤਕਲੀਫਾਂ ਉਹਨਾਂ ਨੇ ਝੱਲੀਆਂ ਝੱਲ ਲੈਣੀਆਂ ਕਿਸੇ ਜਿੰਨੇ ਦੁੱਖ ਉਹਨਾਂ ਤੇ ਆਏ ਨੇ ਸਾਨੂੰ ਕਿਹੜਾ ਹਾਥੀ ਅੱਗੇ ਸਿੱਟਦਾ ਅੱਜ ਤਵੀ ਦੇ ਕਿਹੜਾ ਪਾਉਂਦਾ ਸਾਨੂੰ ਕਿਹੜਾ ਦੇਗ ਜੋ ਬਾਲਦਾ ਕਿਹੜਾ ਰੂਹ ਵਿੱਚ ਲਪੇਟਦਾ ਕਿੰਨੀਆਂ ਤਕਲੀਫਾਂ ਉਹਨਾਂ ਨੇ ਝੱਲੀਆਂ ਅਸੀਂ ਕਿੱਥੇ ਝੱਲ ਲੈਣੀਆਂ ਸਾਡੇ ਨਾਲੋਂ ਤੇ ਕਿਤੇ ਵੱਧ ਤਕਲੀਫਾਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਦੇ ਰਹੇ ਹੈ ਪਰ ਜਦੋਂ ਨਸ਼ਾ ਹੈ ਨਾ ਇੱਕ ਤੇ ਅੰਦਰੋਂ ਖੇੜਾ ਰਹਿੰਦਾ ਖਿੜਿਆ ਖਿੜਿਆ ਬੇਪਰਵਾਹ ਬੇਪਰਵਾਹ ਲਾਪਰਵਾਹ ਨਹੀਂ ਬੇਪਰਵਾਹ ਦੋ ਸ਼ਬਦ ਹੈ ਇੱਕ ਬੇਪਰਵਾਹ ਇੱਕ ਲਾਪਰਵਾਹ ਲਾਪਰਵਾਹ ਔਗਣ ਹੈ ਤੇ ਬੇਪਰਵਾਹ ਗੁਣ ਹੈ ਸੁਣੋ ਲਾਪਰਵਾਹ ਔਗਣ ਹੈ ਬੇਪਰਵਾਹ ਹੋਣਾ ਇਹ ਬੰਦੇ ਦਾ ਗੁਣ ਹੈ ਜਿਵੇਂ ਹੁਣ ਮੰਨ ਲਓ ਫਸਲ ਬੀਜਿਓ ਲਾਪਰਵਾਹ ਨਾ ਹੋਇਆ ਜਿਵੇਂ ਹੁਣ ਆਪਾਂ ਕਣਕ ਬੀਜੀ ਹੋਈ ਅੱਜ ਕੱਲ੍ਹ ਰੇਹਾਂ ਸਪਰੇਹਾਂ ਸਭ ਕੁਝ ਬੰਦਾ ਕਰਦਾ ਲਾਪਰਵਾਹ ਨਾ ਹੋਇਆ
ਪਾਣੀ ਵਾਲੇ ਪਾਸਿਓ ਪਾਣੀ ਪਾਉਣ ਵਾਲੇ ਪਾਸਿਓ ਭਾਈ ਬੋਲੋ ਲਾਪਰਵਾਹ ਨਾ ਹੋਇਓ ਸਾਰੇ ਕੰਮ ਕਰਿਓ ਪਰ ਜੇ ਪੱਕੀ ਤੇ ਮੀਂਹ ਪੈ ਗਿਆ ਫਿਰ ਬੇਪਰਵਾਹ ਵੀ ਰਹੋ ਆਖੋ ਸਤਨਾਮ ਲਾਪਰਵਾਹ ਕੰਮ ਵਾਲੇ ਪਾਸਿਓ ਨਹੀਂ ਹੋਣਾ ਪਰ ਜੇ ਕਿਤੇ ਪੱਕੀ ਤੇ ਪੈ ਗਿਆ ਫਿਰ ਬੇਪਰਵਾਹ ਵੀ ਰਹੀ ਵੀ ਚੱਲ ਕੋਈ ਨੀ ਫਿਰ ਸਹੀ ਫਿਰ ਸਹੀ ਨਿਆਣਾ ਪੜ੍ਹਨ ਵਿੱਚ ਬੱਚਾ ਜਿਹੜਾ ਆ ਸਟੂਡੈਂਟ ਜਿਹੜਾ ਆ ਲਾਪਰਵਾਹੀ ਨਾ ਕਰੇ ਬਿਲਕੁਲ ਲਾਪਰਵਾਹ ਨਾ ਹੋਇਓ ਪੜ੍ਹਾਈ ਵਾਲੇ ਪਾਸਿਓ ਪੂਰਾ ਜ਼ੋਰ ਲਾ ਦੇਣਾ ਮਿਹਨਤ ਕਰਨੀ ਪੂਰੀ ਲਾਪਰਵਾਹ ਨਹੀਂ ਹੋਣਾ ਪਰ ਜੇ ਫਿਰ ਵੀ ਸੈਕਿੰਡ ਆ ਗਿਆ ਥਰਡ ਆ ਗਿਆ ਪਾਸ ਹੀ ਹੋਇਆ ਬਾਕੀ ਦਾ ਕੋਈ ਹੋਰ ਫਸਟ ਆ ਗਿਆ ਫਿਰ ਬੇਪਰਵਾਹ ਵੀ ਰਹਿਣਾ ਵੀ ਚੱਲ ਕੋਈ ਨੀ ਪਿੱਛੇ ਰਹਿ ਕੇ ਥੋੜਾ ਜਿਹਾ ਫਿਰ ਕੀ ਹੋਇਆ ਪੜ੍ਹਾਈ ਕਰਨ ਵਿੱਚ ਲਾਪਰਵਾਹੀ ਨਹੀਂ ਜਿੱਦਣ ਰਿਜ਼ਲਟ ਨਿਕਲਣਾ ਉਦਣ ਬੇਪਰਵਾਹ ਰਹਿਣਾ ਜ਼ਿੰਦਗੀ ਦੇ ਅਸੂਲ ਬਣਾਈਏ ਕਰਨਾ ਪੂਰਾ ਜ਼ੋਰ ਲਾਉਣਾ ਪੂਰਾ ਫਿਰ ਵੀ ਹੋ ਗਿਆ ਕੋਈ ਗੱਲ ਨਹੀਂ ਅਸੀਂ ਮਨ ਤੇ ਲਾ ਲੈਂਦੇ ਚੰਗਾ ਹੀ ਕਰਦੇ ਹੋ ਬੱਚਿਆਂ ਲਈ ਧੀਆਂ ਪੁੱਤਾਂ ਲਈ ਉਹ ਫਿਰ ਵੀ ਜੇ ਨਹੀਂ ਸੈੱਟ ਹੋਇਆ ਹੁਣ ਤੇਰਾ ਪੁੱਤ ਹੈ ਤੈਂ ਜ਼ੋਰ ਲਾਇਆ ਪੂਰਾ ਲਾਪਰਵਾਹ ਨਾ ਹੋ ਬੱਚੇ ਨੂੰ ਸੈੱਟ ਕਰਨ ਵਿੱਚ ਜ਼ੋਰ ਲਾ ਲਾ ਫਿਰ ਵੀ ਨਹੀਂ ਹੁੰਦਾ ਫਿਰ ਬੇਪਰਵਾਹ ਵੀ ਤੇ ਰਹਿ ਵੀ ਹੁਣ ਮੈਂ ਜਿੰਨਾ ਕਰ ਸਕਦਾ ਸੀ ਮੈਂ ਕਰਤਾ ਫਿਰ ਵੀ ਇਹਨੇ ਧੱਕੇ ਖਾਣੇ ਨੇ ਦਿਖਾਈ ਚੱਲ ਫਿਰ ਤੂੰ ਸੁਧਾਰਨ ਵਾਸਤੇ ਲਾਪਰਵਾਹ ਹੀ ਨਾ ਵਰਤੀ ਆਪਣੇ ਨਿਆਣੇ ਨੂੰ ਭਾਈ ਆਪਣੇ ਬੱਚੇ ਨੂੰ ਆਪਣੇ ਨਿਆਣੇ ਨੂੰ ਸੁਧਾਰਨ ਤੇ ਧਿਆਨ ਇੱਧਰ ਰੱਖਿਓ ਸਿੱਖੋ ਆਪਣੇ ਨਿਆਣੇ ਨੂੰ ਸੁਧਾਰਨ ਤੇ ਲਾਪਰਵਾਹੀ ਨਾ ਵਰਤਿਓ ਪਰ ਜੇ ਫਿਰ ਵੀ ਨਹੀਂ ਸੁਧਰਦਾ ਫਿਰ ਬੇਪਰਵਾਹ ਵੀ ਰਹੋ ਜੀ ਚੱਲ ਕੋਈ ਨੀ ਫਿਰ ਤੇਰੀ ਮਰਜ਼ੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਹੁਣ ਪੁੱਤ ਸ੍ਰੀ ਚੰਦ ਹੈ ਧੂਣਾ ਲਾ ਲਿਆ ਸਿਰ ਚ ਸੁਆਹ ਪਾ ਲਈ ਜਟਾ ਵਧਾ ਲਈ ਕਹਿੰਦੇ ਬੇਪਰਵਾਹ ਪਹਿਲਾਂ ਕੋਸ਼ਿਸ਼ ਕੀਤੀ ਹੋਣੀ ਹੈ ਜਦੋਂ ਨਹੀਂ ਗੱਲ ਬਣਦੀ ਕਹਿੰਦੇ ਠੀਕ ਹੈ ਤੂੰ ਆਪਣੇ ਹਿਸਾਬ ਨਾਲ ਤੁਰਿਆ ਫਿਰ ਤੇਰੀ ਮਰਜ਼ੀ ਹੈ ਆਏ ਤੇ ਕੱਲੇ ਆ ਕੱਲਿਆਂ ਨੇ ਆਣਾ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਪੁੱਤ ਹੈ ਪਿਰਥੀ ਚੰਦ ਪੁੱਤ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਸ਼ਿਸ਼ ਕੀਤੀ ਹੈ ਪਰਵਰਿਸ਼ ਵਿੱਚ ਕੋਈ ਪ੍ਰੋਬਲਮ ਨਹੀਂ ਕੋਈ ਲਾਪਰਵਾਹੀ ਨਹੀਂ ਪਰ ਜੇ ਫਿਰ ਵੀ ਪੁੱਟੇ ਪਾਸੇ ਜਾਂਦਾ ਤੇਰੀ ਮਰਜ਼ੀ ਹੈ ਫਿਰ ਬੇਪਰਵਾਹ ਵੀ ਰਹੇ ਭਾਈ ਐ ਚਾਹੀਦੇ ਹੋ ਵੀਰੋ ਭਾਈਓ ਭੈਣੋ ਸਾਰੇ ਐ ਚਾਹੀਦੇ ਆਪਣੇ ਵੱਲੋਂ ਸਹੀ ਕੀਤਾ ਜੇ ਫਿਰ ਵੀ ਭਾਈ ਵਿਗੜਦਾ ਫਿਰ ਬੇਪਰਵਾਹ ਵੀ ਰਹੇ ਵੀ ਚੱਲ ਕੋਈ ਨੀ ਫਿਰ ਹੁਣ ਕੀ ਕਰੀਏ ਇਹ ਚਾਹੀਦਾ ਲਾਪਰਵਾਹੀ ਔਗਣ ਹੈ ਤੇ ਬੇਪਰਵਾਹੀ ਬੰਦੇ ਦਾ ਗੁਣ ਹੈ ਇਹ ਹੋਣਾ ਚਾਹੀਦਾ ਹੁਣ ਵੇਖੋ ਜਦੋਂ ਗਿਆਨ ਦਾ ਨਸ਼ਾ ਕੀਤਾ ਹੁੰਦਾ ਹੈ ਸਮਝ ਦਾ ਨਸ਼ਾ ਕੀਤਾ ਹੁੰਦਾ ਹੈ ਫਿਰ ਕਰਦਾ ਬੰਦਾ ਪੂਰਾ ਵਧੀਆ ਸਾਰਾ ਤੇ ਜਿੱਥੇ ਗਲਤ ਹੋ ਜਾਂਦਾ ਫਿਰ ਵੀ ਕੰਮ ਖਰਾਬ ਹੋ ਜਾਂਦਾ ਉਹਦਾ ਮਾਈਂਡ ਉਹਨੂੰ ਇੱਕਦਮ ਮੈਸੇਜ ਦਿੰਦਾ ਫਿਰ ਕੀ ਹੋ ਗਿਆ ਬੰਦਿਆਂ ਨਾਲ ਹੀ ਬਣਦੀ ਹੈ ਫਿਰ ਕੀ ਹੋ ਗਿਆ ਉਹ ਅੰਦਰੋਂ ਸਟਰੋਂਗ ਹੁੰਦਾ ਹੈ ਉਹ ਚੱਲ ਜਾਂਦਾ ਹੈ ਜਿਹੜੀਆਂ ਚੀਜ਼ਾਂ ਦੁੱਖ ਦੁੱਖ ਤਕਲੀਫਾਂ ਸਾਨੂੰ ਐਂ ਲੱਗਦਾ ਵੀ ਬੰਦਾ ਐਂ ਕਿਵੇਂ ਚੱਲ ਜੂ ਉਹ ਜਾਣਦਾ ਹੀ ਨਹੀਂ ਕੁਛ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਜਾਣਦਾ ਨੀ ਕਹਿੰਦੇ ਦੁੱਖ ਜਾਣਦਾ ਨੀ ਇਹ ਨੀ ਵੀ ਦੁੱਖ ਆਉਂਦੇ ਨੇ ਆਉਂਦੇ ਤੇ ਧਾਤ ਆ ਕੇ ਨੇ ਆਉਂਦੇ ਤੇ ਚੜ ਚੜ ਕੇ ਨੇ ਦੁੱਖ ਤਕਲੀਫਾਂ ਆਉਂਦੀਆਂ ਬਹੁਤ ਹੈ ਪਰ ਅਗਲਾ ਕਹਿੰਦਾ ਮੈਂ ਦੁੱਖਾਂ ਨੂੰ ਜਾਣਦਾ ਹੀ ਨਹੀਂ ਪਰਵਾਹ ਹੀ ਨਹੀਂ ਕਰਦਾ ਮੇਰੀ ਬੇਨਤੀ ਸੁਣਿਓ ਬੇਪਰਵਾਹ ਉਹੀ ਹੋ ਸਕਦਾ ਜਿਹੜਾ ਬੇਪਰਵਾਹ ਹੋਣਾ ਚਾਹੁੰਦਾ ਗਿਆਨਵਾਨ ਉਹੀ ਹੋ ਸਕਦਾ ਜਿਹੜਾ ਗਿਆਨਵਾਨ ਹੋਣਾ ਚਾਹੁੰਦਾ ਜੇ ਆਪਾਂ ਕਹੀਏ ਵੀ ਏਦਾਂ ਹੀ ਕਿਸੇ ਨੂੰ ਘੋਟ ਕੇ ਪਿਆ ਦਾਂਗੇ ਬਾਹਰੋਂ ਨਾ ਇਹਦੇ ਸ਼ੌਂਕ ਹੈ ਇੰਟਰਸਟ ਹੈ ਵੀ ਗਿਆਨ ਬੜਾ ਜ਼ਰੂਰੀ ਚੀਜ਼ ਹੈ ਅਕਲ ਆਵੇ ਮੈਨੂੰ ਮੈਂ ਮੁਸੀਬਤ ਝੱਲ ਲਵਾਂ ਹੌਸਲੇ ਦੇ ਚ ਹੋ ਜਾ ਮੈਂ ਕਈ ਬੰਦੇ ਇਹੋ ਜਿਹੇ ਹੁੰਦੇ ਜਮਾਂ ਹੀ ਹੌਸਲਾ ਨਹੀਂ ਕਰਦੇ ਪਰ ਜੇ ਕੋਈ ਖਾਸ ਬੰਦਾ ਉਹਨਾਂ ਦਾ ਪਿਆਰ ਕਰਨ ਵਾਲਾ ਹੋਵੇ ਜੇ ਉਹ ਆ ਕੇ ਕਵੇ ਫਿਰ ਹੌਸਲੇ ਚ ਹੋ ਜਾਂਦੇ ਨੇ ਵੇਖੇ ਨਾ ਕਈ ਬੰਦਿਆਂ ਨੂੰ ਮਿਲਿਆ ਕਈਆਂ ਦੇ ਦੁੱਖ ਤਕਲੀਫ ਚ ਜਾਈਦਾ ਤੇ ਕਈ ਵਾਰੀ ਗੱਲ ਕਰਨਗੇ ਬਸ ਤੁਸੀਂ ਆ ਗਏ ਲੈ ਹੁਣ ਕਾਇਮ ਹੋ ਗਿਆ ਹੁਣ ਮਨ ਕਾਇਮ ਹੈ ਹੁਣ ਕੋਈ ਨੀ ਹੌਸਲੇ ਚ ਹੋ ਜਾ ਪਹਿਲਾਂ ਨਹੀਂ ਸੀ ਡੋਲੇ ਪਏ ਸੀ ਘਬਰਾਏ ਪਏ ਸੀ ਹੌਸਲਾ ਹੈ ਨਾ ਜਿਹੜਾ ਉਸ ਸਮਝ ਨਾਲ ਮਿਲਦਾ ਤੇ ਇਹਦੇ ਲਈ ਇੰਟਰਸਟ ਚਾਹੀਦਾ ਸ਼ੌਂਕ ਚਾਹੀਦਾ।